जय भारत अंबेडकर मिशन न्यूज चैनल देख रहे सारे दर्शकों नूं प्यार भरी सत श्री अकाल। मैं बूटा सिंह सोहता, असीं पहुंचे इत्थे फाजिलका दे इलाके इस टाइम जिहड़ा प्रेजिडेंट जिहड़ी लोकेशन हैगी आ उह हैगी नवां सलेम शाह दी। इत्थे कुछ इक जमीन नूं लैके कुछ मैटर सी जिहड़ा भी कब्जे दे विच जमीन लई होई सी, हुण गौरमेंट दे मुताबिक जिहड़ा पंजाब सरकार दे मुताबिक जिहड़ा जमीन जिहड़ा कब्जा हैगा उह छुट चुक्या। आओ आपां पिंड दी पंचायत नाल गल्लबात करदे आ। ते ਪਿੰਡ ਮੇਰਾ ਨਵੀਂ ਬਸਤੀ ਸ਼ਲੇਮ ਸ਼ਾਹ ਹੈ ਜੀ। ਇਹ ਸਾਡੇ ਪਿੰਡ ਨਵੀਂ ਬਸਤੀ ਸ਼ਲੇਮ ਸ਼ਾਹ ਦੀ ਤਕਰੀਬਨ ਕੋਈ 60 acres ਪੈਲੀ ਸੀ ਜੀ ਸਰ, ਜਿਹਦੇ ਚੋਂ ਇਹ 25 acres ਜਿਹੜੀ ਇਹ ਕਬਜ਼ੇ 'ਤੇ ਸੀਗੀ, ਜਿਹੜਾ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜੀ, ਅਤੇ ਨਜਾਇਜ਼ ਜਿਹੜਾ ਵੀ ਇੱਥੇ ਮਾਈਨਿੰਗ ਵੀ ਕਰਦੇ ਸੀ ਜੀ, ਅਤੇ ਅੱਜ ਜਿਹੜਾ ਪ੍ਰਸ਼ਾਸਨ ਨੇ ਸਾਨੂੰ ਇਹ ਕਬਜ਼ਾ ਛਡਾ ਕੇ ਦਿੱਤਾ ਹੈ ਜੀ, ਅਤੇ ਅਸੀਂ ਅੱਜ ਕਬਜ਼ਾ ਜਿਹੜਾ ਲੈ ਲਿਆ ਅਤੇ ਪੈਲੀ ਵੀ ਵਾਹ ਲਈ ਹੈ। उस तो बाद जो पहला जो कब्जा है सी, मौके ते जेडे पहला दे लोग सी उन्हां वल्लों केड़ियां शरारत कीती जा रही सी? वो शरारत तो ना काफी टाइम तो करते आते जी। पिछली बार साडी जिहड़ी 6 महीने की बोली ठेके ते सीगी जी सर, वो बोली जिहड़ी होई सी 13/12/2022 च होई सीगी, एडीसी दी हजूरी साहब, एडीसी साहब दे हजूरी दे विच होई सी, बीडीओ साहब, पंचायत अफसर, पंचायत सैकटरी दे विच, जिहड़ी कि खड़ी कणक दी सट ते बोली असीं दित्ती सी। वो 2,09,000 रुपया जिहड़ी असीं सरकार दे खाते च जमा करा दित्ती सी, और जिहड़ी साडी कणक दी फसल सी उहनां ने जायज़ कागज़दारां ने कटवा ली, ਜਿਹੜਾ ਕਿ ਇੱਕ ਉਹ ਆਪਣੇ ਆਪ ਨੂੰ ਪ੍ਰਧਾਨ ਕਹਿੰਦਾ ਹੈ, ਕਿਸਾਨ ਯੂਨੀਅਨ ਦਾ ਪ੍ਰਧਾਨ ਆ ਜਿਹਦਾ ਨਾਂ ਜਗਦੀਸ਼ ਸਿੰਘ ਮਨਸਾ ਕਹਿੰਦੇ ਦੱਸਦੇ ਹੈਗਾ ਹੈ ਜੀ, ਔਰ ਉਹਦੇ ਉਹਨੇ ਇਸ ਆੜ ਦੇ ਵਿੱਚ ਜਿਹੜੀ ਸਾਡੀ ਜਿਹੜੀ ਹੈ ਫਸਲ ਵੀ ਕੱਟ ਲਈ ਸੀ, ਅਤੇ ਜੋ ਸਹਾਰਾ ਕਿਸ ਚੀਜ਼ ਦਾ ਲਿਆ ਸੀ, ਜਨਤਾ ਦੇ ਲਈ ਧਰਨਾ ਲਗਾਉਣ ਦਾ ਕਿਵੇਂ ਕੀ ਸਿਸਟਮ ਸੀਗਾ ਇਹਨਾਂ ਜੀ? ਜਨਤਾ ਦੀ ਸਹਾਰਾ ਲਿਆ ਸੀ, ਜਿਹੜੇ ਇਹਨਾਂ ਦੇ ਨਾਲ ਕਿਸਾਨ ਸੰਗਠਨ ਜੋੜੇ ਹੋਏ ਸੀਗੇ, ਔਰ ਇਹਨਾਂ ਦਾ ਕੀ ਸੀ ਸਿਸਟਮ ਜੀ, ਲੋਕਾਂ ਕੋਲੋਂ ਪੈਸੇ ਲੈ ਕੇ ਅਤੇ ਆਦੀ ਜਿਹੜੀ ਹੈ ਉੱਥੇ ਜਾ ਕੇ ਬੰਦੇ ਬਿਠਾ ਦਿੰਦੇ ਸੀ, ਅਤੇ ਤਾਨਾਸ਼ਾਹੀ ਲੋਕਾਂ ਕੋਲੋਂ ਪੈਸੇ ਕੌਣ ਲੈ ਰਿਹਾ ਸੀਗਾ? ਇਹ ਜਿਨ੍ਹਾਂ ਨੇ ਅੱਗੇ ਕਬਜ਼ਾ ਕੀਤਾ ਜੀ, ਉਹਨਾਂ ਨੂੰ ਕਹਿੰਦੇ ਸੀ ਵੀ ਸਾਨੂੰ ਤੁਸੀਂ ਪੈਸੇ ਦਿਓ, ਅਸੀਂ ਤੁਹਾਡੇ ਨਾਲ ਖੜੇ ਹਾਂ। ਨਾਮ ਕੋਈ ਮੇਨ ਉਹਨਾਂ ਦਾ ਮੂਲ ਵਰਗ ਬੰਦਾ ਹੋਊਗਾ ਜਗਦੀਸ਼ ਸਿੰਘ ਜਿਹੜਾ ਮਨਸਾ, ਤੁਹਾਨੂੰ ਪਤਾ ਜਗਦੀਸ਼ ਸਿੰਘ ਮਨਸਾ, ਇੱਕ ਮੰਗੂ ਸਿੰਘ ਥਾਣੀ ਤੋਂ। ਤੇ ਕੋਈ ਸਬੂਤ ਹੈ ਤੁਹਾਡੇ ਕੋਲ ਵੀ ਕਿੰਨਾ ਕੋਲ ਪੈਸੇ ਲਏ ਨੇ? ਸਬੂਤ ਤਾਂ ਹੁਣ ਕੋਈ ਦੱਸਦਾ ਹੈ? ਅੱਛਾ, ਸਬੂਤ ਤਾਂ ਇਹ ਕਿ ਵੱਢ ਕੇ ਉਹਨਾਂ ਨੇ ਦਿੱਤੀ ਹੈ। ਅੱਛਾ, ਪਲੇਪ ਸਰਪੰਚ ਕੋਲ ਲਿਆ ਗਿਆ ਸਬੂਤ ਉਹਨਾਂ ਤੇ ਜੰਗੀਰ ਸਿੰਘ ਢਾਣੀ ਵਾਲਾ, ਇਹਨਾਂ ਰੁਪਈਏ ਦਿੱਤੇ ਤੇ ਆਦੇ ਕਬਜ਼ ਹੋ ਗਏ। ਅੱਛਾ, ਤੇ ਉਹਨਾਂ ਨੇ ਆ ਕੇ ਫਿਰ ਧਰਨਾ ਲਗਾ ਲਿਆ? ਲਗਾ ਲਿਆ। ਔਰ ਜਗੀਰ ਸਿੰਘ ਤੇ ਇੱਕ ਇੱਧਰ ਸੀ ਜਿਹੜਾ ਸੈਣੀ, ਉਹ ਜਾ ਤੇ ਮੌਕਾ ਵੀ ਤੁਸੀਂ ਵੇਖ ਸਕਦੇ ਹੋ। ਸਾਡਾ ਜਿਹੜਾ ਸਰਕਾਰ ਨੂੰ ਜਿੰਨਾ ਚੂਨਾ ਲਾਇਆ ਵੇਖੋ, ਜਾ ਕੇ ਕਰੋੜਾਂ ਰੁਪਈਆ ਦਾ ਲਾਇਆ ਜੀ। ਮਾਈਨਿੰਗ ਕਰਵਾ ਕਿਸ ਤਰ੍ਹਾਂ ਮਾਈਨਿੰਗ ਕਰਵਾ ਰਹੇ? ਨਜਾਇਜ਼ ਮਾਈਨਿੰਗ ਕਰਵਾ ਰਹੇ। ਕਿਸ ਚੀਜ਼ ਦੀ ਮਾਈਨਿੰਗ ਹੈ? ਰੇਤੇ ਦੀ। ਆਪਣਾ ਨਾਮ ਜਗਵਿੰਦਰ ਸਿੰਘ। ਕਿਹੜਾ ਪਿੰਡ ਹੈ ਜੀ? ਨਵਾਂ ਸ਼ਲੇਖ। ਤੇ ਆਪਣੀ ਪੋਸਟ? ਹਾਂਜੀ, ਪੋਸਟ ਸਰਪੰਚ ਜੀ ਕਰਦੇ। ਅੱਛਾ ਅੱਛਾ, ਤਾਂ ਇੱਥੇ ਕੀ ਮਸਲਾ ਸੀ ਜਿਹੜਾ ਇੱਥੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਆ ਕੇ ਜੁੜਿਆ ਹੋਇਆ ਹੈ? ਜ਼ਮੀਨ ਦੇ ਉੱਪਰ ਬਹੁਤ ਸਾਰਾ ਕਬਜ਼ਾ ਹੋਇਆ, ਜ਼ਮੀਨ ਦੇ ਕਬਜ਼ਾ ਕਰਨਾ ਚਾਹੁੰਦਾ ਸੀ ਸਾਬਕਾ ਸਰਪੰਚ ਦਲੀਪ ਸਿੰਘ। ਉਹ ਕਿਹੜੇ ਪਿੰਡ ਦੇ ਨੇ? ਉਹ ਜੀ ਗਾਗਨ ਕੇ ਦਰਿਆ ਨਾਲ ਹੈ, ਤੇ ਇੱਥੇ ਦੁਕਾਨ ਬਣਾਈ ਹੋਈ ਸੀ ਕਰਿਆਨੇ ਵਾਲੀ ਜੀ ਸਰ। ਹਾਂਜੀ, ਤਾਂ ਇਹ ਜਿਹੜਾ ਕਬਜ਼ਾ ਸੀ ਕਿੰਨੇ ਟਾਈਮ ਦਾ ਕਬਜ਼ਾ ਉਹਨਾਂ ਕੋਲ ਹੈਗਾ? ਇਹ ਕਬਜ਼ਾ ਜੀ ਮਨਕ 2019 ਪੰਚਾਇਤ ਨਵੀਂ ਬਣੀ ਸੀ, ਨਵੀਂ ਚੁਣੀ ਗਈ ਸੀ, ਸਰਪੰਚ ਬਣੇ ਸੀ, ਉਹਦਾ ਹੀ ਕਬਜ਼ਾ ਅਸੀਂ 2019 ਚ ਲਿਆ ਸੀ ਜੀ ਸਰ। ਹਾਂਜੀ, 5 years ਜਿਹੜੀ ਜ਼ਮੀਨ ਮੈਂ ਠੇਕੇ 'ਤੇ ਦੇ ਰਹੇ ਲਗਾਤਾਰ। ਹਾਂਜੀ, ਹੁਣ ਵੀ ਬਕਾਇਦਾ ਉਹਨੇ ਬੋਲੀ ਲਾਈ ਸੀ ਜ਼ਮੀਨ ਦੀ, ਲੈ ਕੇ ਆਇਆ ਸੀਗਾ ਬੋਲੀ, ਅਤੇ ਉਸ ਤੋਂ ਪਿੱਛੇ ਹਫ਼ਤੇ ਤੋਂ ਬਾਅਦ ਮਨਕ ਜੇ ਕਬਜ਼ਾ ਕਰਨਾ ਚਾਹੁੰਦਾ ਸੀਗਾ, ਕੁਛ ਕਿਸਾਨ ਸੰਘਰਸ਼ ਕਮੇਟੀ ਦੇ ਬੰਦੇ ਲਿਆ ਕੇ ਅਤੇ ਪਾ ਕੇ ਅਤੇ ਉਹਨਾਂ ਕਬਜ਼ਾ ਕੀਤਾ। ਉਹਨਾਂ ਵੱਲੋਂ ਕੀ ਇੱਥੋਂ ਦਾ ਜਿਹੜਾ ਕੀਤਾ ਗਿਆ ਸੀ ਜ਼ਮੀਨ ਬਾਰੇ ਵਿਰੋਧ, ਜਿਹੜਾ ਵੀ ਕਬਜ਼ਾ ਲੈਣ ਵਾਸਤੇ ਜਿਹੜੇ ਕਿਸਾਨ ਜਿਹੜੇ ਧਰਨਾ ਲਾਇਆ ਸੀਗਾ? ਉਹਨਾਂ ਕੋਲ ਤਾਂ ਹੈ ਤਾਂ ਕੁਛ ਨਹੀਂ ਸੀਗਾ, ਲੇਕਿਨ ਧੱਕਾ ਹੀ ਕਰਦੇ ਸੀਗੇ। ਅੱਛਾ ਜੀ, ਤਾਂ ਅੱਜ ਜਿਹੜਾ ਕਬਜ਼ਾ ਹੈਗਾ ਹੁਣ ਕਿਸ ਤਰ੍ਹਾਂ ਦੇ ਨਾਲ ਛੁੱਟਿਆ ਅਤੇ ਕਿਵੇਂ ਛੁੱਟਿਆ ਉਹ ਤੁਸੀਂ ਦੱਸੋਗੇ? ਇਹ ਤਕਰੀਬਨ 10 days ਹੋ ਗਏ ਇਹਦੇ ਵਿੱਚ, ਲੇਕਿਨ 3-4 times ਮੀਟਿੰਗਾਂ ਹੋਈਆਂ ਸੀਗੀਆਂ ਏਡੀਸੀ ਡੀ ਦੀ, ਮੌਜੂਦਾ ਪੰਚਾਇਤ ਉਸ ਬੰਦੇ ਨੂੰ ਬੁਲਾਇਆ ਗਿਆ ਜਿਹਦੇ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈਗੇ ਸੀਗੇ, ਅਤੇ ਉਹ ਹੁਣ ਧੱਕੇ ਨਾਲ ਹੀ ਕਹਿੰਦਾ ਮੇਰੇ ਕੋਲ ਸੈਟਿਸਕੋ ਜਿਵੇਂ ਸਥਿਤੀ ਹੈਗੀ ਸੀ 5 years ਚੱਲਦੀ ਉਸ ਤਰ੍ਹਾਂ ਚੱਲੀ ਜਾਂਦੀ ਹੈ ਜੀ। ਜ਼ਮੀਨ ਜਿੰਨੇ ਕੋਲ ਲੱਗੀ ਆ ਕਦੇ ਪੰਚਾਇਤ ਹੀ ਸੀ। ਕਿੱਥੇ ਵੀ ਸਰਕਾਰੀ ਥਾਂ 'ਤੇ ਬੋਲੀ ਹੁੰਦੀ ਹੈ, ਹਰ ਸਾਲੇ ਬੋਲੀ ਵੀ ਲਾਉਂਦਾ ਸੀ ਪਰ ਬੋਲੀ 'ਤੇ ਇਹਨੂੰ ਜ਼ਮੀਨ ਨਹੀਂ ਮਿਲਦੀ ਸੀ। ਉਹ ਤੋਂ ਬਾਅਦ ਪਿਛਲੇ ਕੁਝ ਦਿਨਾਂ 'ਚ ਸਾਡੇ 3 pinds ਦੀ ਨਵੇਂ ਸਲੇਮ ਸ਼ਾਹ ਦੇ ਵਿੱਚ ਡੀ ਪੀ ਸਾਹਿਬ ਦੇ ਹੁਕਮ ਨਾਲ ਬੋਲੀ ਕੀਤੀ ਗਈ ਜੀ ਸਰ। ਬੋਲੀ ਕਰਨ ਤੋਂ ਬਾਅਦ ਇਹਨੂੰ ਜ਼ਮੀਨ ਬੋਲੀ 'ਤੇ ਨਹੀਂ ਮਿਲੀ। ਉਸ ਤੋਂ ਬਾਅਦ ਕੁਛ ਦਿਨਾਂ ਬਾਅਦ ਇਹਨਾਂ ਨੇ ਸੰਘਰਸ਼ ਕਮੇਟੀ ਦਾ ਸਹਾਰਾ ਲੈ ਕੇ
ਇਹਨਾਂ ਸਾਡੀ ਜਿਹੜੀ ਜ਼ਮੀਨ ਹੈਗੀ ਇਹਨਾਂ ਤੇ ਸੰਘਰਸ਼ ਕਮੇਟੀ ਵਾਲੇ ਕੌਣ ਨੇ ਸੰਘਰਸ਼ ਕਮੇਟੀ ਵਾਲੇ ਕੌਣ ਨੇ ਕਿਸਾਨ ਦਾ ਇੱਕ ਨਾਮ ਹੈ ਤੇ ਇੱਕ ਨਾ ਹੀ ਹੈ ਕਿਸਾਨ ਕਿਸਾਨ ਨਹੀਂ ਹੈਗੇ ਠੀਕ ਹੈ ਜੀ ਕਿਸਾਨ ਸੁਣ ਇਹ ਨਹੀਂ ਹੈਗੇ ਲੋਟੂ ਪਾਰਟੀ ਹੈ ਕੀ ਕਹਿਣਾ ਚਾਹੁੰਦੇ ਦੱਸੋ ਹੁਣ ਉਹ ਇੱਕ ਪਾਰਟੀ ਜਗਦੀਸ਼ ਸਿੰਘ ਹੈ ਮਨਸੇ ਤੋਂ ਜੀ ਉਹ ਸੰਘਰਸ਼ ਕਮੇਟੀ ਦਾ ਪ੍ਰਧਾਨ ਬਣਿਆ ਹੋਇਆ ਜੀ ਸਰ ਉਹ ਕਿਤੇ ਕਿਸੇ ਕੋਲ ਐਵੇਂ ਬਸ ਧੱਕੇ ਨਾਲ ਧਰਨਾ ਰੱਖਤਾ ਉਹ ਕਰਤਾ ਜੇ ਕਰਤਾ ਕਿਸੇ ਦੇ ਬਾਹਰ ਖਿਲਾਫ਼ ਕੁਛ ਹੱਕ ਦੀ ਖਾਤਰ ਲੜੇ ਨਾ ਕਿਸੇ ਬੱਚਿਆਂ ਦੇ ਸਕੂਲ ਬਣਾਉਣ ਵਾਸਤੇ ਕੋਈ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਉਹਦਾ ਬੰਦੇ ਸਾਥ ਦੇਣ ਉਹ ਐਵੇਂ ਬਸ ਲੋਕ ਐਵੇਂ ਕਮਲੇ ਜਿਹੜੇ ਉਹਦੇ ਪਿੱਛੇ ਲੱਗੇ ਰਹਿੰਦੇ ਇਹ ਜਿਹੜਾ ਐਲੀਗੇਸ਼ਨ ਲਗਾ ਰਹੇ ਹੋ ਤੁਸੀਂ ਦੇਖਿਆ ਉਹਨਾਂ ਨੂੰ ਹਾਂਜੀ ਤੁਸੀਂ ਦੇਖਿਆ ਉਹਨਾਂ ਨੂੰ ਇਹੋ ਜਿਹੇ ਗਲਤ ਕੰਮ ਕਰਦੇ ਜਿਵੇਂ ਵੀ ਹਾਂ ਬਾਕੀ ਇੱਥੇ ਗਲਤੀ ਹੋਰ ਕੀ ਸਹੀ ਹੈ ਅੱਛਾ ਸਾਡੇ ਨਾਲ ਤਾਂ ਗਲਤੀ ਕਰਾਂ ਸੀ ਅਸੀਂ ਪਿੰਡ 'ਚ ਰਹਿਣ ਵਾਲੇ ਸਾਡੇ ਕਿੰਨੇ ਕੁ ਲੋਕ ਸੀ ਜਿਹੜੇ ਇੱਥੇ ਖਿਲਾਫ਼ ਚੱਲ ਰਹੇ ਸੀ ਤੁਹਾਡੇ ਧਰਨਾ ਲਾਇਆ ਸੀ ਜਦੋਂ ਜਿਹੜਾ ਉਹ ਬਾਹਰੋਂ ਕੋਈ ਚੱਲ ਕੇ ਆਇਆ ਸੀ ਪਿੰਡਾਂ ਪੁੰਡਾਂ ਤੋਂ 30-40 ਚਾਲੀ ਪੰਜਾਹ ਪਿੰਡ ਦਾ ਕੋਈ ਵੀ ਨਹੀਂ ਸੀ ਇੱਥੋਂ ਦਾ ਕੋਈ ਵੀ ਨਹੀਂ ਸੀ ਇੱਦਾਂ ਪਿੰਡ ਨਹੀਂ ਜੀ ਕੁਛ ਹੈਗੇ ਸੀ ਥੋੜੇ ਸੀ ਦੋ ਚਾਰ ਸੀ ਬਾਕੀ ਤਾਂ ਬਾਹਰ ਦੀ ਆਰਡਰ ਹੈ ਠੀਕ ਹੈ ਜੀ